ਪਈਆਂ। ਸੋ ਸਾਡੀ ਹਾਲਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਖੋਜਤ ਖੋਜਤ ਸਤਿਗੁਰ ਪਾਏ। ਜਦੋਂ ਸ਼ਬਦ ਵਿਆਸੀ ਮਹਾਂਪੁਰਖ ਮਿਲਿਆ, ਉਸ ਨੇ ਜੁਗਤੀ ਦੱਸੀ, ਭਾਈ ਇਸ ਤਰੀਕੇ ਨਾਲ ਮਨ ਤਾਂ ਨਹੀਂ ਜਾਗਦਾ। ਜਿਹੜੇ ਕਰਮ ਤੁਸੀਂ ਕਰ ਰਹੇ ਹੋ, ਇਹਨਾਂ ਕਰਮਾਂ ਦੇ ਨਾਲ ਮਨ ਜਾਗਦਾ ਨਹੀਂ। ਇਹ ਹੰਕਾਰੀ ਹੈ, ਸੁੱਤਾ, ਮਸਤ ਹੋਇਆ ਹੈ। ਸਗੋਂ ਇਸ ਨੂੰ ਬਲ ਮਿਲ ਲਿਆ, ਇਸ ਨੂੰ ਤਾਕਤ ਮਿਲ ਰਹੀ ਹੈ ਜਿਹੜੇ ਅਸੀਂ ਕਰਮ ਕਰਦੇ ਹਾਂ। ਉਹਨਾਂ ਜੁਗਤੀ ਦੱਸੀ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਕੀ ਜੁਗਤੀ ਦੱਸੀ ਹੈ। ਹਾਂਜੀ, ਖੋਜਤ ਖੋਜਤ ਸਤਿਗੁਰ ਪਾਏ, ਉਨ ਯੇ ਜੁਗਤ ਕਹੀ ਪਰਮਾਨ, ਸਤਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹਨਾਂ ਇਹ ਜੁਗਤੀ ਦੱਸੀ ਹੈ, ਸਤਸੰਗ ਕਿਸੇ ਸਤ ਵਾਲੇ ਦਾ ਸੰਗ ਕਰੋ, ਸਤ ਵਾਲੇ ਦਾ ਸੰਗ ਕਰੋ, ਫਿਰ ਉਹਨਾਂ ਦੇ ਅੱਗੇ ਤੁਸੀਂ ਤਨ ਮਨ ਦੀ ਕੁਰਬਾਨੀ ਦੇ ਦਿਓ। ਜੋ ਵੀ ਤੁਹਾਨੂੰ ਤਰੀਕਾ ਦੱਸਦੇ ਹੈ, ਉਹ ਤਰੀਕੇ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਬਾਣੀ ਦੇ ਵਿੱਚ ਕਿ ਉਹਨਾਂ ਨੇ ਸਤਿਗੁਰ ਨੂੰ ਸਿਰਫ ਸਤਿਗੁਰ ਦਾ ਰੁਤਬਾ ਨਹੀਂ ਦਿੱਤਾ, ਉਹਨਾਂ ਪਰਮੇਸ਼ਰ ਦਾ ਰੁਤਬਾ ਦਿੱਤਾ ਹੈ। ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ, ਜਿਨ੍ਹਾਂ ਨੇ ਅੰਦਰ ਦੇਖਿਆ ਹੈ ਉਹਨਾਂ ਨੇ ਬਾਹਰ ਲਿਖਿਆ ਹੈ ਕਿ ਕੌਣ ਅੰਦਰ ਇਹ ਕੰਮ ਚਲਾਉਣ ਵਾਲਾ, ਅੰਦਰ ਕਿਹੜੀ ਚੀਜ਼ ਹੈ। ਜਦੋਂ ਅੰਦਰ ਮਹਾਂਪੁਰਖ ਦੇਖਦੇ ਹੈ, ਉਹਨਾਂ ਨੂੰ ਸਤਿਗੁਰ ਹੀ ਨਜ਼ਰ ਆਉਂਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਆ ਕਿ ਅਸਤੂਲ ਸਰੀਰ ਦੇ ਨਾਲ ਸਿੱਖ ਦਾ ਪਿਆਰ ਹੁੰਦਾ ਹੈ। ਜਦੋਂ ਸਿੱਖ ਸੂਖਸ਼ਮ ਸਰੀਰ ਵਿੱਚ ਜਾਂਦਾ ਹੈ, ਤਾਂ ਸਤਿਗੁਰ ਵੀ ਸੂਖਸ਼ਮ ਸਰੀਰ ਬਣ ਜਾਂਦਾ ਹੈ, ਉਹਨੂੰ ਅੰਦਰੋਂ ਨਜ਼ਰ ਉਹ ਹੀ ਆਉਂਦਾ ਹੈ। ਜਦੋਂ ਕਾਰਨ ਸਰੀਰ ਵੀ ਜਾਂਦਾ ਹੈ, ਤਾਂ ਸਤਿਗੁਰ ਵੀ ਉਸੇ ਤਰ੍ਹਾਂ ਉਸਨੂੰ ਨਜ਼ਰ ਆਉਂਦਾ ਹੈ। ਜਦੋਂ ਇਸ ਤੋਂ ਅੱਗੇ ਜਾਂਦਾ ਹੈ, ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਗਿਆ, ਲੈਟ ਨਾਲ ਲੈਟ ਮਿਲ ਗਈ, ਉਸ ਨੂੰ ਫਿਰ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ। ਉਹ ਸਿੱਖ ਜਿਹੜਾ ਅੰਦਰ ਦੇਖਦਾ ਹੈ, ਉਹ ਬਾਹਰ ਫਿਰ ਉਸੇ ਤਰ੍ਹਾਂ ਕਹਿ ਦਿੰਦਾ ਹੈ ਕਿ ਬਗੈਰ ਸਤਿਗੁਰ ਦੇ ਕਰਨ ਕਾਰਨ ਕੌਣ ਹੈ। ਸਾਰੇ ਮਹਾਂਪੁਰਖਾਂ ਨੇ ਜਿਹਨੇ ਜਿਹਨੇ ਦੇਖਿਆ ਹੈ, ਉਹਨਾਂ ਨੇ ਬਾਹਰ ਬਾਣੀ 'ਚ ਲਿਖਿਆ ਹੈ। ਹਾਂਜੀ, ਸਤਸੰਗ ਕਰੋ ਸੰਤ ਕੋ ਸੇਵੋ, ਤਨ ਮਨ ਕਰੋ ਕੁਰਬਾਨ। ਭਾਈ ਉਹ ਚੀਜ਼ ਜਿਹੜੀ ਹੈ, ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ, ਤਾਂ ਸਤਿਗੁਰ ਨੂੰ ਵੀ ਸਿੱਖ ਦੀ ਜ਼ਰੂਰਤ ਹੈ। ਜੇ ਸਿੱਖ ਨੂੰ ਸਤਿਗੁਰ ਦੀ ਜ਼ਰੂਰਤ ਹੈ, ਤਾਂ ਸਿੱਖ ਨੂੰ ਵੀ ਸਤਿਗੁਰ ਦੀ ਜ਼ਰੂਰਤ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਰਾਜਾ ਜਨਕ ਜਦੋਂ ਉਸ ਨੂੰ ਇਹ ਖਿਆਲ ਆਇਆ ਕਿ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਮੈਨੂੰ ਗਿਆਨ ਹੋਣਾ ਚਾਹੀਦਾ, ਸਾਰੇ ਸ਼ਹਿਰ ਦੇ ਸਾਧੂ ਜਿਹੜੇ ਸੀ ਉਹਦੇ ਰਾਜ ਦੇ ਵਿੱਚ, ਸਾਰਿਆਂ ਸੰਤਾਂ ਸਾਧੂਆਂ ਨੂੰ, ਯੋਗੀਆਂ ਜਗੀਸ਼ਰਾਂ ਨੂੰ, ਸਾਰਿਆਂ ਨੂੰ ਬੁਲਾਇਆ, ਸਾਰਿਆਂ ਨੂੰ ਬੁਲਾਇਆ, ਕਿਹਾ ਕਿ ਮੈਨੂੰ ਘੋੜੇ ਦੀ ਰਕਾਬ 'ਤੇ ਪੈਰ ਰੱਖਦਿਆਂ ਹੀ ਗਿਆਨ ਹੋਣਾ ਚਾਹੀਦਾ। ਹੁਣ ਗਿਆਨ ਕਿਸੇ ਨੇ ਲਿਆ ਹੀ ਨਹੀਂ, ਤਾਂ ਦੇਣਾ ਕਿੱਥੋਂ ਸੀ? ਆਪਣੀ ਮਰਜ਼ੀ ਨਾਲ ਤਾਂ ਸਾਧੂ ਬਣ ਗਏ, ਕਿਸੇ ਨੇ ਭਗਵੇਂ ਕੱਪੜੇ ਪਾ ਲਏ, ਕਿਸੇ ਸਿਰ ਮਨਾ ਲਿਆ, ਕਿਸੇ ਜਟਾਂ ਰੱਖ ਲਈਆਂ, ਕਿਸੇ ਸਵਾਹ ਮਲ ਲਈ, ਕੋਈ ਨਾ ਕੋਈ ਆਪਣਾ ਵੇਸ਼ ਬਦਲ ਲਿਆ, ਸਾਧੂ ਬਣ ਗਏ। ਨਾ ਗਿਆਨ ਕਿਸੇ ਕੋਲੋਂ ਲਿਆ, ਨਾ ਦੇ ਸਕੇ, ਸਾਰੇ ਚੁੱਪ ਕਰਕੇ ਬੈਠੇ ਰਹੇ।
ਜਿਹੜਾ ਸਿੰਘਾਸਣ ਸਾਧੂਆਂ ਵਾਸਤੇ ਬਣਾਇਆ ਸੀ ਬਹਿਣ ਵਾਸਤੇ, ਉੱਥੇ ਅੱਗੇ ਕੋਈ ਨਾ ਵਧਿਆ। ਇੱਕ ਅਸ਼ਟਾਵਕਰ ਉਹਨਾਂ ਦੇ ਵਿੱਚ ਸਾਧੂ ਸੀ, ਉਹ ਉੱਠ ਕੇ ਉਹ ਸਿੰਘਾਸਣ 'ਤੇ ਬੈਠ ਗਿਆ, ਸਾਰੇ ਹੱਸਣ ਲੱਗੇ। ਅਸ਼ਟਾਵਕਰ ਜਿਹੜਾ ਸੀ, ਤੁਰਦਿਆਂ ਵੀ ਉਸ ਨੂੰ ਕਈ ਵਾਲ ਲੱਗਦੇ ਸੀ, ਡਿੰਗਾ ਟੇਢਾ ਸਰੀਰ ਸੀ ਉਸਦਾ। ਸਾਰੇ ਹੱਸਣ ਲੱਗੇ, ਕਿੱਥੋਂ ਮਹਾਤਮਾ ਆਇਆ ਜਿਹੜਾ ਕਿ ਗਿਆਨ ਦੇਣ ਵਾਲਾ, ਇਹਦਾ ਸਰੀਰ ਹੀ ਚੰਗਾ ਨਹੀਂ। ਜਦੋਂ ਉਸਨੇ ਸਟੇਜ 'ਤੇ ਬੈਠਿਆਂ ਦੇਖਿਆ ਕਿ ਸਾਰੇ ਮੈਨੂੰ ਮਖੌਲ ਕਰ ਰਿਹਾ, ਮੈਨੂੰ ਹੱਸ ਰਿਹਾ, ਅਸ਼ਟਾਵਕਰ ਨੇ ਕਿਹਾ, ਉਹ ਸਾਧੂਓ ਜੋਗੀਓ ਜਗੀਸ਼ਰੋ, ਮੈਂ ਤੁਹਾਨੂੰ ਸਮਝਦਾ ਸੀ ਕਿ ਸਾਧ ਮੰਡਲੀ ਹੈ, ਲੇਕਿਨ ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਤੁਸੀਂ ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਤੁਸੀਂ ਚਮੜੇ ਦੀ ਪਛਾਣ ਕਰਨ ਵਾਲੇ ਹੋ, ਮੇਰੇ ਗਿਆਨ ਦੀ ਪਛਾਣ ਨਹੀਂ ਕੀਤੀ। ਰਾਜੇ ਨੂੰ ਕਿਹਾ, ਰਾਜਾ ਤੂੰ ਸਿੱਖ ਬਣਨਾ ਹੈ, ਤੂੰ ਨਾਮਦਾਨ ਲੈਣਾ ਹੈ? ਕਹਿੰਦਾ ਜੀ ਹਾਂ, ਤੈਨੂੰ ਪਤਾ ਹੈ ਕਿ ਸਿੱਖ ਬਣਨ ਦੀਆਂ ਸ਼ਰਤਾਂ ਕੀ ਹੁੰਦੀਆਂ ਨੇ, ਦੱਸੋ ਕੀ ਹੁੰਦੀਆਂ ਨੇ? ਤਨ ਮਨ ਧਨ ਦੀ ਕੁਰਬਾਨੀ ਦੇਣਾ ਪਏਗੀ ਤੈਨੂੰ। ਰਾਜਾ ਚੁੱਪ ਕਰ ਗਿਆ, ਜਾ ਕੇ ਸਲਾਹ ਕੀਤੀ ਆਪਣੇ ਵਜ਼ੀਰ ਦੀਵਾਨਾਂ ਦੇ ਨਾਲ, ਰਾਣੀਆਂ ਦੇ ਨਾਲ, ਕਿ ਇਹ ਸ਼ਰਤ ਹੈ ਕਿ ਤਨ ਮਨ ਧਨ ਦੀ ਕੁਰਬਾਨੀ ਦੇਣਾ ਪਏਗੀ। ਰਾਜੇ ਨੇ ਵਾਅਦਾ ਕਰ ਲਿਆ, ਜੀ ਮੈਂ ਕੁਰਬਾਨੀ ਦੇ ਦਿਆਂਗਾ, ਜਾਓ ਘੋੜਾ ਮੰਗਾਓ। ਤਬੇਲੇ ਜੋ ਘੋੜਾ ਲਿਆਂਦਾ, ਰਾਜਾ ਪੈਰ ਰੱਖਣ ਲੱਗਾ ਰਕਾਬ 'ਤੇ। ਅਸ਼ਟਾਵਕਰ ਨੇ ਕਿਹਾ, ਰਾਜਾ ਕੀ ਕਰਨ ਲੱਗਾ ਹੈ? ਮੈਂ ਪੈਰ ਰੱਖਣ ਲੱਗਾ ਰਕਾਬ 'ਤੇ, ਮੈਨੂੰ ਗਿਆਨ ਦਿਓ। ਕਹਿੰਦੇ ਤੂੰ ਭੋਲਾ ਹੋ ਗਿਆ, ਰਕਾਬ ਕਿਹਦੀ ਹੈ, ਤੇਰਾ ਪੈਰ ਕਿਹਦਾ ਹੈ, ਘੋੜਾ ਕਿਹਦਾ ਹੈ? ਤੂੰ ਮੈਨੂੰ ਪਹਿਲਾਂ ਦੇ ਦਿੱਤਾ ਸਭ ਕੁਛ, ਤਨ ਮਨ ਧਨ ਦੀ ਕੁਰਬਾਨੀ ਦੇ ਦਿੱਤੀ ਹੈ, ਤੇਰਾ ਤਾਂ ਕੱਖ ਵੀ ਨਹੀਂ, ਨਾ ਤੇਰਾ ਘੋੜਾ, ਨਾ ਰਕਾਬ, ਨਾ ਤੇਰਾ ਪੈਰ, ਨਾ ਤੂੰ ਹੈਗਾ, ਤੂੰ ਤਾਂ ਮੇਰੇ ਹਵਾਲੇ ਹੋ ਗਿਆ ਸਾਰਾ ਕੁਛ। ਤੂੰ ਮੈਨੂੰ ਕੁਰਬਾਨੀ ਦੇ ਦਿੱਤੀ, ਤਨ ਮਨ ਧਨ ਦੀ ਭੇਟਾ ਨਹੀਂ ਕਰ ਦਿੱਤੀ? ਰਾਜਾ ਚੁੱਪ ਕਰਕੇ ਬਹਿ ਗਿਆ, ਚੁੱਪ ਕਰਕੇ ਬੈਠ ਜਾ, ਤੇਰਾ ਕੁਛ ਨਹੀਂ ਰਿਹਾ ਹੁਣ। ਜਦੋਂ ਸਾਰੇ ਦਰਖਤਾਂ ਦੀਆਂ ਜੜ੍ਹਾਂ ਕੱਟੀਆਂ ਜਾਣ, ਦਰਖਤ ਡਿੱਗ ਪੈਂਦਾ, ਸਾਰੇ ਮੋਹ ਦੀਆਂ ਜੜ੍ਹਾਂ ਸਾਡੀਆਂ ਛਾਈਆਂ ਚਾਰ ਚਪਖੇ, ਉਹ ਮੋਹ ਦੀਆਂ ਜੜ੍ਹਾਂ ਸਾਡੀਆਂ ਜਿਹੜੀਆਂ ਕੱਟੀਆਂ ਨਹੀਂ ਜਾਂਦੀਆਂ। ਰਾਜੇ ਦੀ ਸਾਰੇ ਮੋਹ ਦੀਆਂ ਜੜ੍ਹਾਂ ਕੱਟੀਆਂ ਗਈਆਂ। ਤੇਰਾ ਰਾਜਾ ਨਾ ਕੋਈ ਤਨ, ਨਾ ਖਜ਼ਾਨੇ, ਨਾ ਫੌਜਾਂ, ਨਾ ਹੀ ਲਸ਼ਕਰ, ਨਾ ਹੀ ਰਾਜਪਾਠ, ਤੇਰਾ ਹੁਣ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਤੂੰ ਸਭ ਕੁਝ ਦੇ ਦਿੱਤਾ ਹੈਗਾ, ਚੁੱਪ ਕਰਕੇ ਬੈਠ ਜਾ। ਚੁੱਪ ਕਰਕੇ ਬਹਿ ਗਿਆ। ਦੇਖੀ ਮੇਰੇ ਸਰੀਰ ਨੂੰ ਲਾਈ ਨਾ, ਮੇਰੇ ਮਨ ਨੂੰ ਕਿਤੇ ਬਾਹਰ ਨਾ ਜਾਣ ਦੇਈਂ, ਅਗਰ ਤੂੰ ਬਾਹਰ ਜਾਣ ਦੇਗਾ ਕਿਤੇ ਦੇਖੇਗਾ, ਤੈਨੂੰ ਪਾਪ ਲੱਗੇਗਾ। ਡਰ ਪਾ ਦਿੱਤਾ, ਚੁੱਪ ਕਰਕੇ ਬੈਠ ਗਿਆ, ਜ਼ਰਾ ਧਿਆਨ ਦਿੱਤਾ, ਸੁਰਤੀ ਖਿੱਚ ਕੇ ਉੱਪਰ ਲੈ ਗਏ, ਉੱਪਰਲੇ ਮੰਡਲਾਂ ਵਿੱਚ ਲੈ ਗਏ, ਸ਼ਬਦ ਨਾਲ ਜੋੜ ਦਿੱਤਾ। ਗਿਆਨ ਗੱਲਾਂ ਦਾ ਨਹੀਂ ਹੈ, ਅਸੀਂ ਬਹੁਤ ਸਾਰੇ ਲੋਕ ਗੱਲਾਂ ਦਾ ਗਿਆਨ ਕਰਦੇ ਹਾਂ, ਫਕੀਰਾਂ ਦਾ ਉਹ ਗਿਆਨ ਨਹੀਂ, ਫਕੀਰਾਂ ਦਾ ਗਿਆਨ ਹੈ ਸ਼ਬਦ ਜਿਹੜਾ ਸਾਡੇ ਅੰਦਰ ਆ ਰਿਹਾ ਔਰ 24 ਘੰਟੇ ਆ ਰਿਹਾ, ਅਸੀਂ ਉਸ ਸ਼ਬਦ ਨਾਲ ਆਪਣਾ